का खालसा वाहे। बच्चों नाम दसोगे दसा गुरुआं दे? पांच ककार दसो, पांच ककार वाहेगुरु जी की फतह। अक्सर ही असी अपने बच्चियां नू गर्मी दियां छुट्टियां दे विच हिल स्टेशन घुमाउण जांदे आ, पर अमेरिका दे गुरुद्वारा बाबा मक्खन शाह लुबाणा दे वल्लों बच्चियां नू सिक्खी दे नाल जुड़न अते पंजाबी सिखाउण दे लई इक वखरा उपराला कीता गया, जिस दे विच गुरुद्वारा बाबा मक्खन शाह लुबाणा दे वल्लों गुरमत कैंप धन गुरु अर्जन देव जी नू समर्पित लगाया जा रहा है, जिस दे विच पंजाबी अते सिक्खी दियां क्लासां लगाईआं जा रहीआं ने, जिस दे विच बड़े ही उत्साह दे नाल बच्चे इस कैंप विच हिस्सा लै रहे ने, जिस दे विच बच्चियां नू गुरबाणी कीर्तन कथा अते गतका अते पंजाबी बोली दी सिखलाई दिंदे ने, जिस दे विच बच्चे वी वध तों वध सिक्खी दे नाल जुड़न दीआं क्लासां लै रहे ने, अते उसे ही तरह बच्चे अते अध्यापक वी उत्साह दे नाल बच्चियां नू इह सिखा के सेवा निभा रहे ने। इस मौके ते गुरुद्वारा साहिब दे सैकटरी अते चेयरमैन ने होर की कुछ कहा, आओ सुनदे हां। का खालसा वाहे। बच्चो नाम दसोगे दसा गुरुआं दे? तेग बहादुर जी, श्री गुरु गोबिंद सिंह दसां पातशाहां दी जोत, वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। बेटा पांच ककार दसो, पांच ककार वाहेगुरु जी की फतेह। बोलो बेटा वाहेगुरु जी का। बेटा जी मूल मंत्र बच्चे प्यारे नाम आ वाहेगुरु जी का खालसा वाहेगुरु जी की फतेह। दसा गुरुआं दे नाम दसो। श्री गुरु नानक देव जी, श्री गुरु अंगद देव जी, श्री गुरु अमरदास जी, श्री गुरु रामदास जी, श्री गुरु अर्जन देव जी, श्री गुरु गोबिंद साहिब जी, श्री गुरु राय साहिब जी, श्री गुरु कृष्ण साहिब जी, श्री गुरु तेग बहादुर जी, श्री गुरु गोबिंद सिंह जी, दसा पातशाहां दी जोत, श्री गुरु ग्रंथ साहिब जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅਸੀਂ ਪਹਿਲਾਂ ਵੀ ਹਮੇਸ਼ਾ ਗੱਲ ਕੀਤੀ ਸੀ ਕਿ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ ਅਤੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆਮ ਲੋਕ ਜਿਹੜੇ ਬੱਚਿਆਂ ਨੂੰ ਲੈ ਕੇ ਕੋਈ ਕਿਤੇ ਕੋਈ ਕਿਤੇ ਕੋਈ ਹਿੱਲ ਸਟੇਸ਼ਨ 'ਤੇ ਕੋਈ ਕਿਤੇ ਚਲਾ ਜਾਂਦਾ ਹੈ, ਹਮੇਸ਼ਾ ਅਸੀਂ ਕਹਾਂਗੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਮਾਪੇ, ਉਹ ਬੱਚੇ ਅਤੇ ਉਹਨਾਂ ਨੂੰ ਪੜ੍ਹਾਉਣ ਵਾਲੇ ਟੀਚਰ, ਉਹ ਬੜੇ ਵੱਡੇ ਭਾਗਾਂ ਵਾਲੇ ਹਨ ਜਿਹੜੇ ਕਿ ਬੱਚਿਆਂ ਨੂੰ ਇਹਨਾਂ ਦਿਨਾਂ ਵਿੱਚ ਦੂਜੀਆਂ ਛੁੱਟੀਆਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸਾਂ ਲਾਉਂਦੇ ਹਨ। ਉੱਥੇ ਗੁਰਬਾਣੀ, ਕੀਰਤਨ, ਕਥਾ, ਗੱਤਕਾ ਅਤੇ ਪੰਜਾਬੀ ਬੋਲੀ ਦੇ ਬਾਰੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ। ਅੱਜ ਅਸੀਂ ਖੜ੍ਹੇ ਹਾਂ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲਵਾਣਾ, ਉੱਥੇ ਸਾਡੇ ਨਾਲ ਸੈਕਟਰੀ ਸਾਹਿਬ ਵੀ ਖੜ੍ਹੇ ਹਨ, ਸਾਡੇ ਦਲਜੀਤ ਕੌਰ ਜੀ ਜਿਹੜੇ ਕਿ ਚੇਅਰਮੈਨ, ਇਹ ਜਿੰਨੇ ਵੀ ਬੱਚੇ ਸਟੂਡੈਂਟ ਪੜ੍ਹਾ ਰਹੇ ਹਨ ਇਹਦੇ ਹਨ, ਉਹਨਾਂ ਦੇ ਨਾਲ ਵੀ ਹਾਂ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਚੱਲ ਰਹੀਆਂ ਜੀ ਕਲਾਸਾਂ ਦਾ ਸਾਰਾ ਤੁਹਾਡਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਾਲ ਜੋ ਬਾਬਾ ਮੱਖਣ ਸ਼ਾਹ ਲਵਾਣਾ ਵੱਲੋਂ ਜੋ ਕਿ ਅਸੀਂ ਗੁਰਮਤਿ ਕੈਂਪ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ, ਇਹ ਬਹੁਤ ਹੀ ਵਧੀਆ ਚੱਲ ਰਿਹਾ ਹੈ ਅਤੇ ਬਹੁਤ ਹੀ ਉਤਸ਼ਾਹ ਨਾਲ ਬੱਚੇ ਆ ਰਹੇ ਨੇ। ਸਾਡੇ ਕੋਲ ਬੱਚਿਆਂ ਦੀ ਗਿਣਤੀ ਇਸ ਸਾਲ ਬਹੁਤ ਜ਼ਿਆਦਾ ਹੋ ਗਈ ਹੈ, ਸੋ ਬੱਚਿਆਂ 'ਚ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਬੱਚੇ ਵੱਧ ਤੋਂ ਵੱਧ ਸਿੱਖਣਾ ਚਾਹੁੰਦੇ ਨੇ ਅਤੇ ਜਿੰਨਾ ਜ਼ਿਆਦਾ ਬੱਚਿਆਂ 'ਚ ਉਤਸ਼ਾਹ ਹੈ ਉਸ ਨਾਲੋਂ ਕਈ ਗੁਣਾ ਜ਼ਿਆਦਾ ਟੀਚਰਸ ਵੀ ਉਤਸ਼ਾਹ ਹੈ ਅਤੇ ਜੋ ਟੀਚਰਸ ਨੇ ਉਹ ਵੀ ਬਿਨਾਂ ਮਤਲਬ ਸਾਰੇ ਟੀਚਰਸ ਸੇਵਾ ਹੀ ਕਰ ਰਹੇ ਨੇ, ਆਪਣੀ ਸੇਵਾ ਨਿਭਾ ਰਹੇ ਨੇ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਟੀਚਰਸ ਦਾ, ਸਾਰੇ ਪੇਰੈਂਟਸ ਦਾ ਜੋ ਕਿ ਆਪਣੇ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਲੈ ਕੇ ਆਏ ਨੇ। ਤੇ ਅਸੀਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਦੇ ਹਾਂ ਜਿਹੜੇ ਕਿ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਆ ਸਕੇ, ਅਸੀਂ ਹਰ ਇੱਕ ਸਾਲ ਬੱਚਿਆਂ ਨੂੰ ਲੈ ਕੇ ਬਾਹਰ ਵਕੇਸ਼ਨ ਲਈ ਜਾਂਦੇ ਹਾਂ, ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਥੋੜ੍ਹਾ ਇੱਕ ਮਹੀਨਾ ਜੋ ਕਿ ਅਸੀਂ ਗੁਰਮਤਿ ਕੈਂਪ ਲਗਾਉਂਦੇ ਹਾਂ ਉਹਦੇ ਵਿੱਚ ਵੀ ਲੈ ਕੇ ਆਓ ਤਾਂ ਕਿ ਬੱਚੇ ਬਾਹਰ ਇੰਜੋਏ ਕਰਨ ਦੀ ਬਜਾਏ ਗੁਰੂ ਆਪਣੀ ਗੁਰਬਾਣੀ ਗੁਰਸਿੱਖੀ ਬਾਰੇ ਵੀ ਸਿੱਖ ਸਕਣ ਜੋ ਕਿ ਸਾਡਾ ਵਜੂਦ ਹੈ। ਅਗਰ ਅਸੀਂ ਆਪਣੇ ਵਜੂਦ ਤੋਂ ਵਾਂਝੇ ਹੋਵਾਂਗੇ ਤਾਂ ਸਾਡੀ ਜ਼ਿੰਦਗੀ ਦਾ ਕੋਈ ਵੀ ਮਨੋਰਥ ਨਹੀਂ ਹੈ। ਸੋ ਸਾਡੀ ਰਿਕੁਐਸਟ ਇਹ ਹੀ ਹੈ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਜੋੜ ਸਕੀਏ ਸਿੱਖੀ ਨਾਲ। ਸਾਡੇ ਕੋਲ ਬਹੁਤ ਸਾਰੀਆਂ ਡਿਫਰੈਂਟ ਕਲਾਸਿਸ ਨੇ, ਪੰਜਾਬੀ ਕਲਾਸ ਜਿਹਦੇ ਵਿੱਚ ਕਿ ਬੱਚੇ ਊੜਾ ਐੜਾ ਸਿੱਖਦੇ ਨੇ, ਉਸ ਤੋਂ ਇਲਾਵਾ ਸਾਡੇ ਕੋਲ ਕੀਰਤਨ ਦੀ ਕਲਾਸ, ਗੱਤਕੇ ਦੀ ਕਲਾਸ, ਦਸਤਾਰ ਦੀ ਕਲਾਸ, ਬਹੁਤ ਹੀ ਵਧੀਆ ਚੱਲ ਰਿਹਾ ਹੈ ਸਾਡਾ ਪ੍ਰੋਗਰਾਮ ਅਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।